ਜਦੋਂ ਬੀਤੇ ਤਾਂ ਉਹ ਚੰਨਣਾ ਦਾ ਸਮਾਂ ਆਇਆ ਮਹਾਰਾਜ ਅੱਜ ਤੇ ਅਲੋਪ ਹੋ ਵੇਲੇ ਕਦੇ ਗਏ ਜਿੱਥੇ ਸੰਤ ਦਾ ਗੁਰਦੁਆਰਾ ਅਲੋਪ ਹੋਏ ਲੋਕਾਂ ਨੇ ਰੌਲਾ ਪਾਇਆ ਅਤੇ ਵੇਲੇ ਵਿੱਚ ਉਹ ਡੁੱਬ ਗਏ ਔਰ ਤੀਸਰੇ ਦਿਨ ਜਦੋਂ ਸਤਿਗੁਰ ਪ੍ਰਗਟ ਹੋਏ ਉਹਨਾਂ ਨੇ ਭਜਨ ਆਖਿਆ ਨਾ ਹਿੰਦੂ ਨਾ ਮੁਸਲਮਾਨ ਇਹ ਆਵਾਜ਼ ਨਹੀਂ ਸੀ ਮੁਸਲਮਾਨਾਂ ਦੀ ਕੋਈ ਹਿੰਦੂਆਂ ਦੀ ਗਈ ਔਰ ਗੌਤ ਖਾਂ ਦੇ ਕਰਨਾ ਕਰਕੇ ਵੀ ਆਵਾਜ਼ ਸੀ ਗੌਤ ਖਾਂ ਕਹਿਣ ਲੱਗਾ ਕਿ ਮੇਰੇ ਮੋਦੀ ਖਾਨੇ ਨੂੰ ਚਲਾਉਣ ਵਾਲਾ ਨਾਨਕੇ ਦਾ ਵੇਲਾ ਅਤੇ ਬਲਾਓ ਬਰਤਾ ਕਰ ਲੈਣੇ ਗੁਰੂ ਨਾਨਕੇ ਜੀ ਪਹੁੰਚੇ ਹਾਂਜੀ ਗੌਤ ਖਾਂ ਦੱਸੋ ਕਹਿਣ ਦੇ ਤੁਸੀਂ ਕਹਿੰਦੇ ਨਾ ਸੀ ਹਿੰਦੂ ਨਾ ਮੁਸਲਮਾਨ ਆਓ ਫਿਰ ਜਿਹੜਾ ਮਸੀਤ ਵਿੱਚ ਨਮਾਜ਼ ਪੜ੍ਹੀਏ ਤਾਂ ਗੁਰੂ ਕਹਿਣ ਲੱਗੇ ਚਲੋ ਨਮਾਜ਼ ਪੜ੍ਹਨ ਗਏ ਨਵਾਜੀ ਭਾਜੀ ਵੀ ਨਮਾਜ਼ ਪੜ੍ਹ ਰਿਹਾ ਗੌਤ ਖਾਂ ਪਰ ਸਤਿਗੁਰ ਜੀ ਅਲੋਪ ਹੋਏ ਹੈ ਭਾਜੀ ਵੀ ਗੌਤ ਖਾਂ ਵੀ ਚੋਰਾ ਖਾਂ ਦੇ ਕਰਕੇ ਤਾਂ ਨਮਾਜ਼ ਪੜ੍ਹਦੇ ਨਹੀਂ ਗੁਰਕੇ ਕਿਉਂ ਪੜ੍ਹੇ ਅਭੀ ਨਮਾਜ਼ ਦੀ ਸਮਾਪਤੀ ਹੋਈ ਅਤੇ ਭਾਜੀ ਕਹਿ ਲੱਗਾ ਤੁਸੀਂ ਝੂਠ ਬੋਲਦੇ ਹੋ ਤੁਸੀਂ ਕਹਿ ਮੈਂ ਮੁਸਲਮਾਨ ਵੀ ਨਹੀਂ ਹਿੰਦੂ ਵੀ ਨਹੀਂ ਅਗਰ ਤੁਸੀਂ ਨਮਾਜ਼ ਤਾਂ ਨਹੀਂ ਪੜ੍ਹੀ ਸਤਿਗੁਰ ਕਹਿਣ ਲੱਗੇ ਨਮਾਜ਼ ਕਿਹਦੇ ਨਾਲ ਪੜ੍ਹਦਾ ਭਾਜੀ ਕਹਿੰਦਾ ਮੈਂ ਪੜ੍ਹਿਆ ਸਿੱਖੇ ਨਾਲ ਪੜ੍ਹਿਆ ਸਤਿਗੁਰ ਪੜ੍ਹੇ ਪੜ੍ਹੇ ਤਾਂ ਮੁਸਕਰਾਏ ਮੁਸਕਰਾ ਕੇ ਕਹਿ ਦਿੰਦੇ ਭਾਜੀ ਜੀ ਤੁਸੀਂ ਨਮਾਜ਼ ਨਹੀਂ ਪੜ੍ਹ ਰਹੇ ਕਿਉਂਕਿ ਤੁਹਾਡੇ ਘਰ ਘੋੜੀ ਸਕੂਲ ਵਾਲੀ ਸੀ ਤੁਹਾਨੂੰ ਪਤਾ ਸੀ ਕਿ ਉਹ ਕਿਤੇ ਜਿਹੜਾ ਬੱਚਾ ਘੋੜੀ ਦਾ ਸਾਜ ਸੋਇਆ ਹੋਇਆ ਘੋੜੀ ਦਾ ਬੱਚਾ ਜਿਹੜਾ ਕਿਤੇ ਟੋਏ ਚਲੇ ਗਏ ਕਿਉਂ ਠੀਕ ਹੈ ਭਾਜੀ ਸੋਚ ਰਿਹਾ ਇਹ ਮਰਦਾਨਾ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨੀ ਗੁਰਦਾਸ ਹੋਏਗਾ